ਅੰਮ੍ਰਿਤਸਰ ਦੇ ਹਲਕਾ ਅਟਾਰੀ ਦੇ ਪਿੰਡ ਮਾਹਲ ਵਿੱਚ ਉਸ ਵੇਲੇ ਸਨਸਨੀ ਫੈਲ ਗਈ ਜਦ ਪੁਰਾਣੇ ਰੰਜਿਸ਼ ਦੇ ਕਾਰਨ ਇੱਕ ਗੁਰੂ ਨੇ ਇੱਕ ਪਰਿਵਾਰ 'ਤੇ ਹਮਲਾ ਕਰ ਦਿੱਤਾ। ਇਹ ਹਮਲਾ ਇੰਨਾ ਭਿਆਨਕ ਸੀ ਕਿ ਪੂਰੇ ਬਾਜ਼ਾਰ ਵਿੱਚ ਖਾਲੀ ਬੋਤਲਾਂ ਦੀ ਬੁਛਾਰ ਕਰ ਦਿੱਤੀ। ਉੱਧਰ ਤਬਾਦ ਤੋੜ ਹਮਲਾ ਗੁਰਪ੍ਰੀਤ ਦੇ ਉੱਪਰ ਕੀਤਾ ਗਿਆ। ਉਸਨੇ ਆਪਣਾ ਬਚਾਅ ਕਰਕੇ ਆਪਣੀ ਜਾਨ ਬਚਾਈ। ਇਹ ਹਾਦਸਾ ਉਸ ਵੇਲੇ ਬਾਜ਼ਾਰ ਵਿੱਚ ਹੋਇਆ ਜਦ ਦਿਨ ਦਿਹਾੜੇ ਲੋਕ ਇਸ ਬਾਜ਼ਾਰ ਵਿੱਚ ਸਮਾਨ ਦੀ ਖਰੀਦ ਫਰੋਖਤ ਕਰਨ ਲਈ ਗਏ ਸੀ। ਗੁਰਪ੍ਰੀਤ ਦਾ ਕਹਿਣਾ ਹੈ ਕਿ ਅਭਿਜੀਤ ਕਈ ਵਾਰ ਉਸਨੂੰ ਧਮਕਾ ਚੁੱਕਾ ਹੈ ਅਤੇ ਇਸੇ ਵਿੱਚ ਉਹਨੇ ਹਮਲਾ ਕੀਤਾ ਹੈ। ਆਣ ਕੇ 25-30 ਜਣੇ ਲੈ ਕੇ ਗਲ ਪਿਆ, ਆਣ ਕੇ ਇੱਥੋਂ ਆਣ ਕੇ ਸਿਰ 'ਚ ਸੱਟਾਂ ਲਾਈਆਂ, ਨਾਲ 50,000 ਰੁਪਇਆ ਗਲੇ 'ਚੋਂ ਲੈ ਕੇ ਕੱਢ ਗਏ, ਜਿੰਨੇ ਵੀ ਹੈਗੇ ਸੀ ਉਹ ਤਕਰੀਬਨ 50,000 ਰੁਪਇਆ। ਅਤੇ ਇਹ ਮੁੰਡੇ ਪਹਿਲਾਂ ਕਿਤੇ ਹੋ ਗਈ ਪਾਣੀ ਨੇ ਗੱਲ, ਅਤੇ ਇਹਨਾਂ ਨੂੰ ਡੱਕਦੇ ਰਹੀ ਨੇ ਅਸੀਂ, ਲੇਕਿਨ ਇਹ ਰਾਤੀ ਵੀ ਇਹਦੇ 3 ਜਣੇ ਤਾਂ ਮਗਰ ਗਏ ਆ, 3 ਜਣੇ ਮਗਰ ਜਾ ਕੇ ਇਹਨੂੰ ਆਂਦੇ ਵੀ ਮੈਂ ਆਪਣੇ 'ਤੇ ਪਰਚਾ ਹੋਵੇ, 5 ਗੋਲੀਆਂ ਤਾਂ ਮਾਰਨੀਆਂ। ਅੱਜ ਕਹਿਣ ਡੇ ਆ ਵੀ ਇਹਨੂੰ ਬੰਦਿਆਂ ਦਾ ਪਤਾ ਆ, ਦੋ ਦਿਨਾਂ ਦਾ, ਨਾਲ 40-50 ਬੰਦੇ ਹੋਰ ਨੇ। ਨਹੀਂ, ਬਾਈ ਨੇ ਨਹੀਂ ਸਾਨੂੰ ਦੱਸਿਆ ਜੀ, ਤੁਹਾਨੂੰ ਹਾਂਜੀ। ਰੰਜਿਸ਼ ਬਾਰੇ ਵੀ ਨਹੀਂ ਕੋਈ ਦੱਸਿਆ, ਇਹ ਤਾਂ ਮਾੜਾ ਮੋਟਾ ਕਹਿੰਦੇ ਕੀ ਹੈ, ਕੀ ਭਾਅ ਜੀ ਤੁਸੀਂ ਅਸੀਂ ਮੌਕੇ 'ਤੇ ਵੇਖਿਆ ਵੀ ਜਿਹੜਾ ਮਤਲਬ ਕਿ ਆਹ ਖਰਾਰਾ ਪਿਆ ਵਾ, ਬਲੈਡ ਆ, ਅਸੀਂ ਮੂਵੀ ਜਿਹੜੀ ਆ ਬਣਾ ਲਈ, ਜਿਹੜੀ ਸਾਰੀ ਵੀਡੀਓ ਬਣਾ ਲਈ ਆ, ਕੋਈ ਸਮਾਨ ਖਿਲ ਰਿਹਾ ਵਾ, ਕੁਝ ਬਲੈਡ ਜਿਹੜਾ ਵਾ ਜਿਹੜਾ ਵਗਿਆ, ਜਿਹੜੀ ਸੱਟ ਲੱਗੀ। ਅੰਮ੍ਰਿਤਸਰ ਤੋਂ ਸਨੀ ਸਹੋਤਾ ਦੀ ਰਿਪੋਰਟ, ਚੈਨਲ 2।